डोंट वरी चिंता ना कर, तो मैं पूछदा तेनू, आ जा तेरे बड़े अफसर को चलिया, सारा दिन कौन है थोड़े इतने बॉस है? फर्स्ट फ्लोर से इनी इतने लुट पाई हुई है ना, बाहर जिन्हें एजेंट बिठाए हुए है, 20,000 रुपया, 15,000, 25,000 सिर्फ ते सिर्फ ऑनलाइन अपॉइंटमेंट, तत्काल ऑनलाइन अपॉइंटमेंट, ये गरीब किड़े चक्की जे पिसन गए जाके, कौन है गया उपर? की नाम उन्हां दा? किधर है? किधर ने? चलो ਬ੍ਰਦਰ ਇੱਥੇ ਲੁੱਟ ਦਾ ਅੱਡਾ ਬਣਿਆ, ਲਹਿਰੀ ਇੰਨੇ ਲੋਕ ਲੇਰਾਂ ਮਾਰਦੇ ਹਨ, ਤੁਹਾਨੂੰ ਨੀ ਪਤਾ ਕੀ ਗੱਲ ਹੋਈ? ਨਹੀਂ ਪਤਾ ਤਾਂ ਮੈਂ ਦੱਸ ਦਿੰਦਾ, ਸ਼ਾਮ ਨੂੰ ਕਿੰਨੇ ਪੈਸੇ ਲੈ ਕੇ ਜਾਂਦੇ ਸਤਪਾਲ ਜੀ ਤੇ ਬਾਕੀ ਸਾਰਾ ਸਟਾਫ, ਕੁਛ ਨੀ ਲੈ ਕੇ ਜਾਂਦੇ, ਆ ਬੇਟਾ ਇੱਧਰ ਆ ਤੂੰ। ਮੈਨੂੰ ਨਾ ਪਿਛਲੇ ਕਈ ਦਿਨਾਂ ਤੋਂ 15,000, 20,000, 25,000 ਤਤਕਾਲ ਅਪੁਆਇੰਟਮੈਂਟ ਲੈਣ ਵਾਸਤੇ। ਦੇਖੋ ਇੱਕ ਮਿੰਟ ਪਹਿਲਾਂ ਪੂਰੀ ਸੁਣ ਲਓ ਗੱਲ ਮੇਰੀ, ਮੈਂ ਸਾਰਾ ਇਲਾਕਾ ਲਿਆ ਕੇ ਨਾ, ਮੇਰੇ ਹਲਕੇ ਦਾ ਦਫ਼ਤਰ ਹੈਗਾ, ਮੈਂ ਸਾਰਾ ਇਲਾਕਾ ਲਿਆ ਕੇ ਇੱਥੇ ਮੂਹਰੇ ਬਿਠਾ ਦੇਣਾ ਸਵੇਰੇ। ਸੁਣ ਲਓ ਪਹਿਲਾਂ ਮੇਰੀ ਗੱਲ, ਕਿਸੇ ਨੇ ਨੀ ਜਾਣਾ, ਪ੍ਰੈਸ ਹੈਗੀ ਆ, ਇਹ ਤੁਹਾਡਾ ਦਫ਼ਤਰ ਆ, ਤੇ ਪਬਲਿਕ ਦਾ ਆਫਿਸ ਹੈਗਾ, ਠੀਕ ਆ ਜੀ, ਟਾਟਾ ਨੇ ਲੈ ਲਿਆ ਤੇ ਟਾਟਾ ਕੋਈ ਸਾਥੀ, ਟਾਟਾ ਦੇ ਗੁਲਾਮ ਨੀ। ਆ ਜਾਓ, ਜਿਹੜੇ ਹੋਰ ਵੀ ਤੁਹਾਡੇ ਕੋਲ ਅਫਸਰ ਹੈਗੇ ਉਹ ਵੀ ਬੁਲਾਓ। ਹੁਣ ਮੈਂ ਦੱਸਦਾ ਤੁਹਾਨੂੰ ਹੁੰਦਾ ਕੀ ਆ, ਤੁਸੀਂ ਅਪੁਆਇੰਟਮੈਂਟ ਨੀ ਦੇਣੀ, ਬਾਹਰ ਤੁਹਾਡੇ ਏਜੰਟ ਬਿਠਾਏ ਹੋਏ ਆ, 25,000 ਰੁਪਏ ਤੋਂ ਸਟਾਰਟ ਕਰਦੇ ਆ, 25,000 ਤੋਂ ਦੀਵੇ ਸਰ, ਆ ਤੁਹਾਨੂੰ ਤਾਂ ਪਤਾ ਨੀ, ਅੱਖਾਂ ਕਰੋ ਏਦਾਂ, ਆਪਾਂ ਨੂੰ ਨੀ ਪਤਾ, ਸਾਨੂੰ ਪਤਾ ਜਾਂ ਜਿਹੜੇ ਲੋਕ ਚੱਕੀ ਦੇ ਕੱਸਦੇ ਇਹਨਾਂ ਨੂੰ ਪਤਾ। ਹੁਣ ਮੈਂ ਸੁਣ ਲਓ ਮੇਰੀ ਗੱਲ, ਇਹ ਮੁੰਡਾ ਸਵੇਰੇ ਮੈਨੂੰ ਫੋਨ ਕਰਦਾ ਵੀ ਮੈਂ ਜੀ ਪਾਸਪੋਰਟ ਵਾਸਤੇ ਗਿਆ, ਤਤਕਾਲ ਲਿਆ ਕਾਗਜ਼ ਕੱਢੋ, ਬੇਟਾ ਕਿਸੇ ਇੱਥੇ ਆਉਂਦਾ ਤੁਹਾਡੇ ਕੋਲੇ, ਅਪੁਆਇੰਟਮੈਂਟ ਬਾਹਰੋਂ ਲਓ ਜੀ, ਓਕੇ ਮੈਂ ਮੰਨ ਲਈ ਗੱਲ, ਬਾਹਰ ਹੈਗੀ ਆ, ਬਾਹਰ ਚੈੱਕ ਕਿਹਨੇ ਕਰਨਾ? ਉਹ ਚੈੱਕ ਇਸ ਲਈ ਨੀ ਹੁੰਦਾ ਕਿਉਂਕਿ ਜਿਹੜਾ 25,000 ਆ ਉਹ ਬਹੁਤ ਜੀ ਹਿੱਸਾ ਪੱਤੀ ਆਉਂਦੀ ਇੱਥੇ, ਕਿਸੇ ਏਜੰਟ ਦੀ ਕੀ ਜ਼ਰੂਰਤ ਵੀ ਉਹ 25,000 ਰੁਪਇਆ ਲੈ ਜੀ ਆ ਬੰਦੇ ਕੋਲੇ। ਮੈਂ ਦੱਸਦਾ ਅਪੁਆਇੰਟਮੈਂਟ ਮਿਲੀ ਨੀ, 15,000 ਰੁਪਏ ਚ ਏਦਾਂ ਮਿੰਟੋ ਮਿੰਟੀ ਮੈਂ 15,000 ਮਿਲਵਾ ਕੇ ਲਿਆ ਥੱਲੇ ਏਜੰਟਾਂ ਤੋਂ, ਹਟ ਜਾਓ ਯਾਰ ਤੁਸੀਂ, ਕੋਈ ਸ਼ਰਮ ਕਰੋ। ਨਹੀਂ ਇਹ ਬੰਦ ਨੀ ਹੋਣਾ, ਸੁਣ ਮੇਰੀ ਗੱਲ, ਇਹ ਕੋਈ ਬੰਦ ਨੀ, ਮੈਂ ਪ੍ਰੈਸ ਲੈ ਕੇ ਆਇਆ ਨਾਲ, ਕੋਈ ਤਰ੍ਹਾਂ ਬੰਦ ਨੀ ਹੋਣਾ, ਆਪ ਪੁਲਿਸ ਵੈਰੀਫਿਕੇਸ਼ਨ, ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡੇ ਕੋਲ ਬੰਦਾ ਅਪੁਆਇੰਟਮੈਂਟ ਲੈਣ ਆਉਂਦਾ ਤੇ ਤੁਸੀਂ ਭੇਜ ਦਿਓ ਆਂਢ ਗੁਆਂਢ ਦੇ ਦਫ਼ਤਰਾਂ ਦੇ, ਅਸੀਂ ਨਹੀਂ ਭੇਜਦੇ। ਰਿਸੈਪਸ਼ਨ ਵਾਲੀ ਮੇਰੇ ਕੋਲ ਵੀਡੀਓ ਹੈਗੀ ਆ, ਨਹੀਂ ਕਹਿੰਦੇ ਜੀ ਬਾਹਰ ਜਾ ਕੇ ਲਾਓ ਨਾਲ ਦੇ ਆਫਿਸ ਤੋਂ, ਹੈਗੀ ਆ ਵੀਡੀਓ ਵੀ ਆਪਣੇ ਕੋਲ ਬਣਾਈ ਹੋਈ ਆ, ਵੀਡੀਓ ਬਣੀ ਹੋਈ ਰਿਸੈਪਸ਼ਨ ਤੇ, ਮੁੰਡਾ ਗਿਆ ਹੁਣ ਵੀ ਅੱਧਾ ਪੌਣਾ ਘੰਟਾ ਪਹਿਲਾਂ ਵੀ ਕਹਿੰਦੇ ਨਾਲ ਦੇ ਆਫਿਸ ਤੇ ਜਾਓ,
ਕਿ ਨਾਲ ਦੇ ਆਫਿਸ ਦੇ ਵਿਚ ਨਾਲ ਦੇ ਆਫਿਸ ਚ ਜਾਓ ਤੇ ਆਹ ਪੈਸੇ ਲੱਗਦੇ ਆ 2000 ਅੰਦਰ ਦੇ ਦਿਓ 25 ਮੰਗਿਆ 25 ਐਂਡ 15000 ਰੁਪਏ ਦੇ ਵਿਚ ਫੈਸਲਾ ਹੋਇਆ ਆਹ ਦੇਖ ਆਹ ਪੈਸੇ ਨੋਟ ਨੰਬਰ ਅਸੀਂ ਗਿਣਤੀ ਕਰਕੇ ਨੋਟ ਨੰਬਰ ਲਾ ਕੇ ਦਿੱਤੇ ਵਾਪਸ ਲੈ ਕੇ ਆਉਂਦੇ ਉਹਦੇ ਕੋਲ ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ ਦੇਖੋ ਅਪਾਇੰਟਮੈਂਟ ਦੀ ਸਾਡੇ ਮੇਰੇ ਹੱਥੇ ਪਾਬੰਦੀ ਕਿਸੇ ਨਾ ਕੀ ਪਾਬੰਦੀ ਅੱਛਾ ਤੁਸੀਂ ਇਹਨਾਂ ਨੂੰ ਅਥੋਰਾਈਜ਼ ਕੀਤਾ ਵੀ 20000 ਰੁਪਇਆ ਨੂੰ ਕੁਝ ਕਿਸੇ ਨੂੰ ਇਹ ਕਿਵੇਂ ਲੈ ਰਹੇ ਤੁਸੀਂ ਤੁਹਾਡਾ ਨਾਲ ਲੈ ਕੇ ਲੈਂਦੇ ਨੇ ਉਹ ਕਹਿੰਦੇ ਅੰਦਰੋਂ ਅਸੀਂ ਕਰਾ ਕੇ ਦਿਆਂਗੇ ਅੱਛਾ ਇਹ ਨਹੀਂ ਨਹੀਂ ਅੱਛਾ ਜੇ ਤਾਂ ਅਸੀਂ ਘਰੇ ਬੈਠ ਕੇ ਆਨਲਾਈਨ ਅਪਾਇੰਟਮੈਂਟ ਲੈਣੀ ਆ ਮਿਲਣੀ ਨਹੀਂ 20 ਦਿਨ 25 ਦਿਨ ਇਹ ਕਿਵੇਂ ਦੂਜੇ ਦਿਨ ਦੇ ਦਿੰਦੇ ਭਾਜੀ ਦੇਖੋ ਸਾਡੇ ਕੋਲ ਜਿਵੇਂ ਹੈਦਰਾਬਾਦ ਕਿਹਾ ਬੇਟਾ ਤੈਨੂੰ ਮੈਂ ਪਰਸੋਂ ਹੋ ਜੂਗਾ ਤੁਹਾਨੂੰ 4 ਦਿਨ ਦੇ ਨਾਲ ਪਾਸਪੋਰਟ ਨਹੀਂ ਨਹੀਂ ਦੇਖੋ ਵਿਦਨ 4 ਡੇਜ਼ ਪਾਸਪੋਰਟ ਵਿਦਨ 4 ਡੇਜ਼ ਪਾਸਪੋਰਟ ਤਤਕਾਲ ਦੀ ਜਿਹੜੀ ਅਪਾਇੰਟਮੈਂਟ ਆ 72 ਘੰਟੇ ਆ ਮੇਰੀ ਆਰਟੀਕਲ ਸਾਹਿਬ ਨਾਲ ਵੀ ਗੱਲ ਕਰਾ ਵੀ ਜਿੰਦੀ ਕਪੂਰ ਸਾਹਿਬ ਦਾ ਲਾ ਨੰਬਰ ਮੈਂ ਸਾਹਿਬ ਉਰੇ ਵੀ ਕਈ ਜਾਣੇ ਡਰਦੇ ਆ ਜੀ ਜਿਨ੍ਹਾਂ ਨੇ 17 2000 ਰੁਪਏ ਦਿੱਤਾ ਵਾ ਕੁਛ ਲੋਕ ਕੋਈ ਨਹੀਂ ਉਹਨਾਂ ਵੀ ਬਣਾਓ ਵੀਡੀਓ ਕੋਈ ਡਰ ਰਹੇ ਸਾਰਾ ਸਮਝਾਉਣੇ ਆ ਕਹਿੰਦਾ ਦਾ ਜਿਹੜਾ ਖਾਨਾ ਬੰਦ ਹੋਇਆ ਖੋਲ ਦੇ ਆ ਭਾਜੀ ਮੇਰੇ ਕੋਲ ਕੋਈ ਅਪਾਇੰਟਮੈਂਟ ਦੀ ਅਥਾਰਟੀ ਨਹੀਂ ਸਭ ਨਾਮ ਮੈਂ ਕਿਹਾ ਤੁਹਾਡੇ ਕੋਲੇ ਅਪਾਇੰਟਮੈਂਟ ਦੀ ਅਥਾਰਟੀ ਦੀ ਪੈਸੇ ਇਕੱਠੇ ਕਰਨ ਦੀ ਅਥਾਰਟੀ ਹੈਗੀ ਆ ਬ੍ਰਦਰ ਸਿਮਰਜੀਤ ਬੈਂਸ ਬੋਲ ਰਹੇ ਐਮਐਲਏ ਗੱਲ ਇਹ ਹੋ ਗਈ ਯਾਰ ਜਿਹੜਾ ਨਾ ਪਾਸਪੋਰਟ ਆਫਿਸ ਹੈ ਰਿਸ਼ਵਤ ਦਾ ਬਹੁਤ ਵੱਡਾ ਅੱਡਾ ਬਣਿਆ ਵੈਰੀ ਸੈਡ ਇੱਕ ਬੰਦੇ ਨੇ ਦੁਬਈ ਮਸਕਟ ਜਾਣਾ ਸੁਣ ਲਓ ਮੇਰੀ ਗੱਲ ਗਰੀਬ ਇਨਸਾਨ ਪਤਾ ਨਹੀਂ ਮਰ ਧਰ ਕੇ ਕਿਵੇਂ ਉਹਨੇ ਵੀਜ਼ਾ ਲਿਆ ਐਂਡ ਜਦੋਂ ਪਾਸਪੋਰਟ ਦੀ ਇੱਥੇ ਆਉਂਦਾ ਤੇ ਆਪਣੇ ਕਹਿੰਦੇ ਜੀ ਆਨਲਾਈਨ ਤੁਹਾਨੂੰ ਅਪਾਇੰਟਮੈਂਟ ਤਤਕਾਲ ਦੀ ਬਾਹਰੋਂ ਲੈਣੀ ਪੈਣੀ ਆਲੇ ਦੁਆਲੇ ਦੁਕਾਨਾਂ ਨੇ ਉਹ 25000 ਰੁਪਇਆ ਡਿਮਾਂਡ ਕਰਦੇ ਆ ਕੋਈ 20000 ਚ ਮੰਨ ਜਾਂਦਾ ਕੋਈ 15 ਚ ਮੰਨ ਜਾਂਦਾ ਮੈਂ ਅੱਜ ਵੀਡੀਓ ਕਰਕੇ ਲੈ ਕੇ ਆਇਆ ਪਹਿਲਾਂ ਬੰਦਾ ਤੁਹਾਡੇ ਦਫ਼ਤਰ ਆਇਆ ਰਿਸੈਪਸ਼ਨ ਤੋਂ ਉਹਨੇ ਕਿਹਾ ਵੀ ਮੈਂ ਤਤਕਾਲ ਪਾਸਪੋਰਟ ਲੈਣਾ ਪੁਲਿਸ ਵੈਰੀਫਿਕੇਸ਼ਨ ਕਰਾ ਲਿਆ ਆ ਉਹ ਰਿਸੈਪਸ਼ਨ ਤੇ ਬੈਠੀ ਮੈਡਮ ਕਹਿ ਰਹੀ ਹੈ ਵੀ ਨਾਲ ਦੇ ਆਫਿਸ ਜਾਓ ਉੱਥੇ ਤੁਹਾਨੂੰ ਬਾਹਰਲੇ ਪਾਸੇ ਆਨਲਾਈਨ ਅਪਾਇੰਟਮੈਂਟ ਮਿਲੂਗੀ ਜਦੋਂ ਦਾ ਇਹ ਮੁੰਡਾ ਘਰੇ ਜਾ ਕੇ ਆਨਲਾਈਨ ਅਪਾਇੰਟਮੈਂਟ ਆਪ ਤੇ ਉਹ 20-25 ਦਿਨ ਦਾ ਡੇਢ ਮਹੀਨੇ ਦਾ ਸਮਾਂ ਮਿਲਦਾ ਤੇ ਨਾਲ ਜਿਹੜੇ ਇਸ ਦਫ਼ਤਰ ਦੇ ਦੱਲੇ ਪਾਲੇ ਨੇ ਏਜੰਟ ਪਾਲੇ ਨੇ ਉਹਨਾਂ ਕੋਲੇ ਜਾਓ ਤੇ 4 ਦਿਨਾਂ ਦੇ ਪਾਸਪੋਰਟ ਬਾਹਰ ਆ ਗਿਆ ਬ੍ਰਦਰ ਦਿਸ ਇਜ਼ ਅ ਵੈਰੀ ਬਿਗ ਨੈਕਸਸ ਕੌਣ ਕਰੂਗਾ ਗੱਲ ਇਸ ਹਮਾਮ ਚ ਸਭ ਨੰਗੇ ਬੜੇ ਹੋਏ ਨੇ ਕੌਣ ਕਰੂਗਾ ਗੱਲ ਲਾ ਲਓ ਇਹਨਾਂ ਲੋਕਾਂ ਦੇ ਕੱਪੜੇ ਛਿੱਲ ਲਾ ਲਓ ਸਾਰੀ ਦੋ ਜਾਣਿਆਂ ਕੋਲ ਬੈਂਸ ਸਾਹਿਬ ਪਤਾ ਕੀਤਾ ਇੱਕ ਨੇ 3500 ਦਿੱਤਾ ਇੱਕ ਨੇ 1700 ਰੁਪਈਆ ਆ ਆ ਦੱਸੋ ਹੁਣ ਇਹ ਤਾਂ ਬੈਂਸ ਨਹੀਂ ਲੈ ਕੇ ਆਇਆ ਹੁਣ ਪਤਾ ਕੀਤਾ ਬੰਦੇ ਅੰਦਰ ਹੀ ਖੜੇ ਆ ਇਹ ਤਾਂ ਬੈਂਸ ਨਹੀਂ ਲਿਆ ਤੁਹਾਡੇ ਅੰਦਰ ਲੋਕ ਖੜੇ ਦੱਸਦੇ ਆ ਨਾ ਵੀ ਆਹ ਕਰਤੂਤਾਂ ਛੱਡਣਾ ਹੁੰਦੀਆਂ ਨੇ ਦੇਖੋ ਜੀ ਜਿਹੜੀ ਗੱਲ ਇਹ ਤੁਸੀਂ ਕਰਦੇ ਤਾਂ ਅਪਾਇੰਟਮੈਂਟ ਦੇ ਮੈਂ ਤਾਂ ਅਪਾਇੰਟਮੈਂਟ ਨੂੰ ਛੱਡੋ ਤੁਸੀਂ ਅਪਾਇੰਟਮੈਂਟ ਨੂੰ ਇਹ ਦੱਸੋ ਵੀ ਉਹ ਤਿੰਨਾਂ ਦਿਨਾਂ ਚ ਪਾਸਪੋਰਟ ਕਿਵੇਂ ਦਿੰਦੇ ਆ ਤਤਕਾਲ ਦਾ ਪਾਸਪੋਰਟ 3 ਦਿਨ ਬਾਅਦ ਇਸ਼ੂ ਹੁੰਦਾ ਹੈ ਪਰ ਗਵਰਨਮੈਂਟ ਤੁਸੀਂ ਮੈਂ ਕਹਿੰਦਾ ਜੇ ਤੁਹਾਡੇ ਕੋਲ ਸਿੱਧਾ ਅੱਜ ਤੱਕ ਤਿੰਨਾਂ ਮਹੀਨੇ ਰੇਂਜ ਨਹੀਂ ਤੁਸੀਂ ਦਿੰਦੇ ਉਹ ਦੇਖੋ ਜੇ ਆਲਰੇਡੀ ਅਪਲਾਈ ਹੁੰਦਾ ਪੁਲਿਸ ਰਿਪੋਰਟ ਤੋਂ ਬਾਅਦ ਮਿਲਦਾ ਬਾਈ ਪੁਲਿਸ ਰਿਪੋਰਟ ਤਾਂ ਪਹਿਲਾਂ ਲੋਕ ਕਰਾ ਕੇ ਲਿਆਉਂਦੇ ਆ ਆ ਤੁਹਾਡੇ ਸਾਹਮਣੇ ਕੇਸ ਪਿਆ ਇਹ 72 ਘੰਟੇ ਤੁਹਾਨੂੰ ਤੇ ਇਸ਼ੂ ਹੋ ਜਾਣਾ ਮੈਂ ਕਿਹਾ ਜੀ ਆ ਪਾਸਪੋਰਟ ਸਾਹਮਣੇ ਪਿਆ ਤੂੰ ਪਹਿਲਾਂ ਦਫ਼ਤਰ ਆਇਆ ਕੀ ਕਹਿਤਾ ਤੁਹਾਨੂੰ ਮੇਰਾ ਸਬੋਰਡੀਨੇਟ ਦਫ਼ਤਰ ਦੇ ਵਿੱਚ ਲੋਕਾਂ ਨੂੰ ਠੱਗੀ ਮਾਰੇ ਮੈਂ ਕਹਾਂ ਮੇਰੇ ਕੋਲ ਨਹੀਂ ਆਇਆ ਦੇਖੋ ਫਿਰ ਜਿਹੜੀ ਗੱਲ ਮੇਰੇ ਕੋਲ ਪਹੁੰਚਦੇ ਸਾਰੇ ਬਣੇ ਜਿਹੜੇ ਏਪੀ ਵਾਲੇ ਆ ਸਾਰੇ ਮੇਰੇ ਕੋਲ ਪਹੁੰਚਦੇ ਆ ਜਿਹਨਾਂ ਨੂੰ ਕੋਈ ਤਕਲੀਫ ਨਹੀਂ ਤੁਸੀਂ ਮੇਰੀ ਇੱਕ ਗੱਲ ਸੁਣ ਲਓ ਹਟ ਜਾਓ ਇਹ ਕੰਮ ਕਰਨ ਤੋਂ ਨਾ ਕਰੋ ਤੁਸੀਂ ਇਹ ਕੰਮ ਇਹ ਲੋਕਾਂ ਦੇ ਅੰਦਰ ਹਾਹਾਕਾਰ ਮੱਚੀ ਹੈ ਨਾ ਤੁਹਾਡੇ ਇਸ ਦਫ਼ਤਰ ਠੱਗੀ ਫੋਰੀ ਨੂੰ ਲੈ ਕੇ ਕਾਰਡ ਪਾਸਪੋਰਟ ਕਿੰਨੇ ਬੰਦਿਆਂ ਦੇ ਉਹਨਾਂ ਦੇ ਨਾਮ ਲਿਖ ਕੇ ਨਿਸ਼ਾਨੀ ਲਾ ਕੇ ਆ ਕੇ ਲਿਆ ਵੀ ਇੰਨੇ ਪੈਸੇ ਲਾਇਆ ਸ਼ਾਮ ਨੂੰ ਹਟ ਜਾਓ ਸਤਪਾਲ ਜੀ ਹਟ ਜਾਓ ਇਹ ਨਾ ਤੁਸੀਂ ਕਿਸੇ ਛੋਟੇ ਮੋਟੇ ਬੰਦੇ ਨੂੰ ਤਾਂ ਕਹਿ ਲੋ ਐਸੀਆਂ ਗੱਲਾਂ ਤੁਸੀਂ ਲੋਕਾਂ ਦੇ ਪ੍ਰਤੀਨਿਧ ਜ਼ਿੰਮੇਵਾਰ ਬੰਦੇ ਨੂੰ ਕਹਿ ਰਹੇ ਮੈਂ ਗੱਲ ਸਾਡੇ ਕੋਲ ਅਪਾਰਟਮੈਂਟ ਦੀ ਕਿਸੇ ਕੋਲ ਸੈਸ ਹੈ ਹੀ ਨਹੀਂ ਆਫਿਸ ਦੀ ਮੈਂ ਮੰਨ ਲਈ ਗੱਲ
ਮੈਂ ਮੰਨ ਲਈ ਗੱਲ, ਮੈਂ ਕਿਹਾ ਮੈਂ ਮੰਨ ਲਈ ਗੱਲ ਵੀ ਤੁਹਾਡੇ ਕੋਲ ਅਪੁਆਇੰਟਮੈਂਟ ਦੀ ਹੈ ਨੀ ਤੇ ਆਹ ਲੋਕਾਂ ਕੋਲ ਜਿਹੜੀ ਅਪੁਆਇੰਟਮੈਂਟ ਦੀ ਹੈਗੀ ਆ ਆਹ 20,000 ਤੇ 25,000 15,000 ਇਹ ਕਿੱਥੋਂ ਲੈ ਆਉਂਦੇ? ਦੇਖੋ ਜਿਹੜਾ ਤਤਕਾਲ ਦੀ ਅਪੁਆਇੰਟਮੈਂਟ ਲੈ ਕੇ ਆਦਾ ਬੰਦਾ ਔਰ 72 ਘੰਟੇ ਗੌਰਮੈਂਟ ਦੀ ਇੰਸਟ੍ਰਕਸ਼ਨ ਹੈ ਕਿ ਤਿੰਨ ਦਿਨ ਬਾਅਦ ਪਾਵਰ ਦੇ ਦੇ। ਤੁਸੀਂ ਮੇਰੀ ਗੱਲ ਦਾ ਜਵਾਬ ਤਾਂ ਦੱਸੋ, ਇਹ ਕਿਵੇਂ ਅਪੁਆਇੰਟਮੈਂਟ ਨੈਕਸਟ ਡੇ ਦੀ ਆ ਜਾਂਦੀ ਹੈ? ਨੈਕਸਟ ਡੇ ਦਿੰਦੇ ਆ, ਇਹਨਾਂ ਨੂੰ ਪਤਾ ਵੀ ਨਾ ਮੇਰੇ ਬਾਰੇ ਕੋਈ ਤੁਸੀਂ ਸੀਟ ਤੇ ਬੈਠੇ ਤੁਹਾਨੂੰ ਨੌਲੇਜ ਨਹੀਂ? ਨਹੀਂ ਮੇਰੇ ਕੋਲ ਦੇਖੋ ਮੈਂ ਜਦੋਂ ਪਾਵਰ ਹੀ ਹੈ ਨੀ, ਮੈਨੂੰ ਪਤਾ ਨਹੀਂ। ਮੈਂ ਕਿਹਾ ਮੈਨੂੰ ਇਹ ਤਾਂ ਦੱਸ ਦੋ ਵੀ ਇਹ ਬੰਦੇ ਨੈਕਸਟ ਡੇ ਤੈਨੂੰ ਕਿੱਦਾਂ ਦੀ ਅਪੁਆਇੰਟਮੈਂਟ ਬੇਟਾ ਕਹੀ ਸੀ ਨਾ? ਉਹਨੇ ਕਿਹਾ ਜੀ ਵੀ ਸ਼ੁੱਕਰਵਾਰ ਨਹੀਂ ਤਾਂ ਸੋਮਵਾਰ ਤੁਹਾਨੂੰ ਮਿਲ ਜੂਗੀ, ਮੰਗਲਵਾਰ ਤੁਹਾਡੇ ਘਰੇ ਪਾਸ ਮੰਗਲਵਾਰ ਵੀਡੀਓ ਹੈ, ਵੀਡੀਓ ਹੈ ਜਿਹੜਾ ਅੰਦਰੋਂ ਅਸੀਂ ਆਪੇ ਕਰਾਉਂ ਅੰਦਰੋਂ ਭਾਜੀ ਕੱਲ ਕਰਾ ਜਾ ਮੈਂ ਤਾਂ ਵੀਡੀਓ ਖਾਣਾ ਵੀਡੀਓ ਉਹਨਾਂ ਨੇ ਤੁਹਾਨੂੰ ਪਤਾ ਕਿੰਨਾ ਨਾਲ ਤੁਸੀਂ ਤਤਕਾਲ ਦੀ ਐਸਐਚ ਦੀ ਅਪੁਆਇੰਟਮੈਂਟ ਆਪਣੇ ਕੋਲ ਲੈ ਕੇ ਆਏ ਆ ਤਾਂ ਅਸੀਂ ਉਹਨੂੰ ਪਾਵਰ ਦੇ ਦੇਣਾ ਆਮ ਤੌਰ ਤੇ ਪਬਲਿਕ ਸਾਡੇ ਪਿੰਡ ਦਾ ਆਪਣਾ ਆ, ਇਹਨਾਂ ਕੋਲ ਕਿਸੇ ਕੋਲ ਨੈਟ ਹੈਗਾ ਕਿਸੇ ਕੋਲ ਨਹੀਂ? ਪਿੰਡਾਂ ਦੀ ਚੰਮ ਦੇੜਨ ਵਾਸਤੇ ਆਲੇ ਦੁਆਲੇ ਆਪਾਂ ਦੁਕਾਨਾਂ ਦੁਕਾਨਦਾਰੀਆਂ ਪਾਲੀਆਂ ਠੱਗ ਮਸਾਲੇ ਲੈ ਕੇ ਵੀ ਚੱਕੋ ਫੱਟੇ ਅਸੀਂ ਬਿਠਾ ਲਏ ਇਹ ਕੋਈ ਵੀ ਮਾਲਟੋ ਨਾਲੇ ਬੱਬੂ ਦੀ ਭਤੀਜੀ, ਡੇਢ ਮਹੀਨੇ ਬਾਅਦ ਅਪੁਆਇੰਟਮੈਂਟ ਮਿਲੀ ਕੁੜੀ ਨੇ, ਆਪ ਆਨਲਾਈਨ ਅਪੁਆਇੰਟਮੈਂਟ ਅਪਲਾਈ ਕੀਤਾ ਡੇਢ ਮਹੀਨੇ ਬਾਅਦ, ਇਹਨਾਂ ਕੋਲ ਕਿਹੜੀ ਗਿੱਦੜ ਸਿੰਘੀ ਆ? ਪਿਛਲੇ ਮਹੀਨੇ 12 ਤਰੀਕ ਅਪਲਾਈ ਕੀਤੀ ਸੀ, ਅੱਜ ਮਿਲੀ ਮੇਰੇ ਕੋਲ ਐਕਸਪੀਰੀਅੰਸ ਆ। ਰਾਧਾ ਗਰੋਤਰਾ ਤਤਕਾਲ ਦੇ ਵਿੱਚ ਅਪੁਆਇੰਟਮੈਂਟ ਲਈ, ਡੇਢ ਮਹੀਨੇ ਬਾਅਦ ਅਪੁਆਇੰਟਮੈਂਟ ਮਿਲੀ, ਡੇਢ ਮਹੀਨੇ ਬਾਅਦ। ਆਹੀ ਤਰੀਕਾ ਪੁੱਛਦਾ, ਲੋਕਾਂ ਨੂੰ ਗਾਈਡ ਕਰ ਦਈਏ ਅਸੀਂ, ਕੋਈ 4 ਦਿਨ 6 ਦਿਨ ਹਫਤਾ 10 ਦਿਨ ਵਲੰਟੀਅਰ ਬਾਹਰ ਲਾਈਏ ਭਾਈ, ਲੋਕਾਂ ਨੂੰ ਗਾਈਡ ਕਰੋ ਯਾਰ, ਤਰੀਕੇ ਸਾਨੂੰ ਤਰੀਕਾ ਤਾਂ ਦੱਸ ਦੋ, ਜਿਹੜਾ 25,000 ਚ ਹੁੰਦਾ ਸਾਨੂੰ ਤਰੀਕਾ ਦੱਸ ਦੋ, ਅਸੀਂ ਮਾੜਾ ਮੋਟਾ ਕਰ ਦਾਂਗੇ ਭਾਈ। ਦੇਖੋ ਮੈਂ ਇਹੀ ਗੱਲ ਫੇਰ ਤੁਹਾਨੂੰ ਕਹਿ ਰਿਹਾ ਕਿ ਅਪੁਆਇੰਟਮੈਂਟ ਬਾਰੇ ਸਾਡੇ ਦਫ਼ਤਰ ਚ ਕੋਈ ਵੀ ਹੈ ਨੀ, ਨਾ ਕੋਈ ਚੱਕ ਸਕਦਾ। ਇਹ ਕਿਵੇਂ ਲੈਂਦੇ ਫਿਰ ਇਹ ਤਰੀਕਾ ਤਾਂ ਦੱਸ ਦੋ ਨਾ। ਸਾਨੂੰ ਤਰੀਕਾ ਵੀਰੇ ਪਤਾ ਲੱਗਾ, ਮੈਨੂੰ ਤਾਂ ਆਪ ਨੀ ਪਤਾ ਲੱਗਾ, ਮੈਂ 2 ਸਾਲ ਹੋ ਗਿਆ, ਮੈਨੂੰ ਤਾਂ ਆਪ ਨੀ ਪਤਾ ਲੱਗਾ ਸੀ। ਪੈਸੇ ਕਿੰਨੇ ਆ 2 ਸਾਲਾਂ ਚ? ਭਾਜੀ ਅਸੀਂ ਤਾਂ ਕੋਈ ਨਹੀਂ ਤਨਖਾਹ ਮੈਨੂੰ 3 ਮਹੀਨੇ ਹੋਏ ਹਜੇ ਤਾਂ ਮੈਂ ਹੁਣ ਆਇਆ। ਮੇਰਾ ਫੋਨ ਦੇ ਆਰਪੀਓ ਨਾਲ ਗੱਲ ਕਰਨੀ ਆ, ਕਿੱਡਾ ਫੋਨ ਪਾ ਉਹਨੇ ਬਹੁਤ ਜੀ ਨੇ ਕੀਤਾ ਹੋਣਾ, ਬਹੁਤ ਜੀ ਨੇ ਕੀਤਾ ਹੋਣਾ। ਪਾਸਪੋਰਟ ਆਫਿਸ ਅੰਡਰ ਟਾਟਾ ਹੈਗਾ ਮੇਰਾ ਖਿਆਲ, ਗਿੱਲ ਆਪਣੇ ਲੁਧਿਆਣਾ ਜੀ ਅਜੇ ਇਸ ਬੱਸ ਸਟੈਂਡ। ਇਸ ਦਫਤਰ ਦਾ ਮਤਲਬ ਸੂਟੇ ਹਾਲ ਇੰਨਾ ਕੁ ਮਾੜਾ, ਵੱਡਾ ਅੱਡਾ ਬਣਿਆ ਹੋਇਆ। ਇੱਕ ਬੰਦਾ ਬ੍ਰਦਰ ਜਿਹਨੇ ਦੁਬਈ ਮਸਕਟ ਜਾਣਾ ਲੇਬਰ ਕਰਨ ਵਾਸਤੇ, ਉਹ ਤੋਂ 25,000 ਰੁਪਇਆ ਗੁਆਂਢ ਦੇ ਵਿੱਚ ਦਫ਼ਤਰ ਖੁੱਲੇ ਹੋਇਆ ਆਲੀਸ਼ਾਨ। ਮਤਲਬ ਇਹ ਜਿਹਾ ਦਫ਼ਤਰ ਮੇਰਾ ਖਿਆਲ ਕੋਈ 5 ਸਟਾਰ ਹੋਟਲ ਦੇ ਮਾਲਕ ਦਾ ਵੀ ਨਹੀਂ, ਜਿਹੋ ਜਿਹੇ ਆਲੇ ਦੁਆਲੇ ਏਜੰਟ ਬਣਾਈ ਬੈਠੇ ਆ।
ਉਹ ਹੁਣ ਦੁਖਾਂਤ ਕੀ ਆ ਜੇ ਤਾਂ ਲੋਕ ਖੁਦ ਆਨਲਾਈਨ ਅਪੁਆਇੰਟਮੈਂਟ ਤਤਕਾਲ ਦੀ ਲੈਣੀ ਆ ਫਿਰ ਮਿਲਦਾ ਡੇਢ ਮਹੀਨਾ ਦੋ ਮਹੀਨੇ ਆਹ ਟਾਈਮ ਤੇ ਜੇ ਮੇਰੀ ਪਹਿਲਾਂ ਪੂਰੀ ਸੁਣ ਲਓ ਸਰ ਮੈਂ ਓਕੇ ਠੀਕ ਹੋ ਗਿਆ ਤੁਸੀਂ ਇਹਨੂੰ ਹੋਰ ਵੀ ਵੱਡਾ ਕਰਤਾ ਵੀ ਤਤਕਾਲ ਦੀ ਡੇਢ ਚਿਗ ਨਹੀਂ ਮਿਲਦੀ ਹੁਣ ਸੁਣਿਓ ਮੇਰੀ ਗੱਲ ਇਹ ਜਿਹੜੇ ਸਾਈਡਾਂ ਦੇ ਏਜੰਟ ਵੱਡੇ ਵੱਡੇ ਸੈਵਨ ਸਟਾਰ ਆਫਿਸ ਖੋਲੀ ਬੈਠੇ ਆ ਨਾ ਤੇ ਇਹ ਬੰਦਾ ਜਾਂਦਾ 25,000 ਰੁਪਇਆ ਡਿਮਾਂਡ ਕਰਦੇ ਆ ਕੋਈ 20 ਚ ਮੁੰਨਿਆ ਗਿਆ ਤੇ ਕੋਈ 15 ਕੋਈ 18 ਚ ਮੇਰੇ ਕੋਲੇ ਪਿਛਲੇ ਬਹੁਤ ਸਾਰੇ ਦਿਨਾਂ ਤੋਂ ਸ਼ਿਕਾਇਤਾਂ ਸੀ ਅੱਜ ਇੱਕ ਮੁੰਡਾ ਸੁਬਹਾ ਮੈਨੂੰ ਫੋਨ ਕਰਦਾ ਨਾਮ ਹੈਗਾ ਇਹਦਾ ਜਸਵਿੰਦਰ ਸਿੰਘ ਵੀ ਆਹ ਮੇਰੇ ਨਾਲ ਹੋ ਰਹੀ ਆ ਜੀ ਉਹ ਮੇਰੇ ਤੋਂ 25,000 ਡਿਮਾਂਡ ਕਰਦੇ ਆ ਮੈਂ ਜਦੋਂ ਅੰਦਰ ਆਫਿਸ ਤੇ ਗਿਆ ਉਹ ਕਹਿੰਦੇ ਜੀ ਬਾਹਰ ਦਫ਼ਤਰ ਜਿਹੜੇ ਨਾਲ ਏਜੰਟਾਂ ਦੇ ਬਣਿਆ ਰਿਸੈਪਸ਼ਨ ਤੇ ਮੈਡਮ ਬੈਠੀ ਉਹ ਭੇਜਦੀ ਆ ਏਜੰਟਾਂ ਕੋਲੇ ਕਹਿੰਦਾ ਮੈਂ ਏਜੰਟ ਤੇ ਗਿਆ ਤੇ ਉਹਨੇ ਫਸਟ ਆਫ ਆਲ 25,000 ਰੁਪਇਆ ਡਿਮਾਂਡ ਕੀਤਾ ਮੈਂ ਇਹਨੂੰ ਆਪਣੇ ਕੋਲੋਂ ਪੈਸੇ ਦਿੱਤੇ ਨੋਟ ਨੰਬਰ ਆਪਣੇ ਕੋਲੇ ਲਿਖ ਕੇ ਪੈਸੇ ਦੇ ਕੇ ਭੇਜਤਾ ਵੀਡੀਓ ਬਣਾਈ ਪਹਿਲਾਂ ਆਫਿਸ ਦੀ ਜਿੱਥੋਂ ਮੈਡਮ ਜਵਾਬ ਦਿੰਦੀ ਆ ਵੀ ਨਾਲ ਦੇ ਆਫਿਸ ਚ ਜਾਓ ਉੱਥੇ ਜਾ ਕੇ ਹੁੰਦਾ ਇਹ ਕੰਮ ਸਾਰਾ ਐਂਡ ਇਹ ਬੰਦਾ ਉੱਥੇ ਜਾਂਦਾ ਵੀਡੀਓ ਬਣੀ ਹੋਈ ਆ ਤੇ ਉਹਨੂੰ ਪੈਸੇ ਦਿੰਦਾ ਤੇ ਉਹਨੇ ਇਹਨਾਂ ਨੂੰ ਟਾਈਮ ਦਿੱਤਾ ਸ਼ੁੱਕਰਵਾਰ ਪਾਸਪੋਰਟ ਮਿਲ ਜੂਗਾ ਲੇਟ ਤੋਂ ਲੇਟ ਮੰਡੇ ਹੁਣ ਤੁਸੀਂ ਇਹ ਦੱਸੋ ਵੀ ਇਹਨਾਂ ਦਫ਼ਤਰ ਵਾਲਿਆਂ ਕੋਲੇ ਕਿਹੜੀ ਗਿੱਦੜ ਸਿੰਘੀ ਆ ਜਿਹੜਾ ਇਹ ਦਫ਼ਤਰ ਵਾਲੇ ਉਧਰ ਭੇਜਦੇ ਆ ਤੇ ਇਹ ਜਿਹੜੀ ਆ ਮੇਰੀ ਬ੍ਰਦਰ ਪਲੀਜ਼ ਟੈਲ ਮੀ ਮੈਨੂੰ ਸਾਰੀ ਦੱਸ ਲੈਣ ਦਿਓ ਐਂਡ ਇਹਨਾਂ ਇਹ ਜਿਹੜੇ ਏਜੰਟ ਆ ਏਜੰਟਾਂ ਦੇ ਕੋਲੇ ਐਸੀ ਕਿਹੜੀ ਗਿੱਦੜ ਸਿੰਘੀ ਅਸੀਂ ਆਪਣੇ ਵਲੰਟੀਅਰ ਇਸ ਆਫਿਸ ਦੇ ਬਾਹਰ ਲਾ ਦਿੰਦੇ ਆ ਉਹ ਲੋਕਾਂ ਨੂੰ ਜਿਹੜੀ ਆ ਤੁਸੀਂ ਦੱਸੋ ਜਿਹੜੀ ਸਕੀਮ ਇਹਨਾਂ ਦਫ਼ਤਰ ਵਾਲਿਆਂ ਕੋਲੇ ਆ ਏਜੰਟਾਂ ਕੋਲੇ ਅਸੀਂ ਲੋਕਾਂ ਨੂੰ ਫ੍ਰੀ ਚ ਦਈਏ ਤਾਂ ਜਿਹੜਾ 25,000 ਰੁਪਇਆ 20,000 ਰੁਪਇਆ 18-15,000 ਰੁਪਇਆ ਇੱਕ ਲੇਬਰ ਕਲਾਸ ਕਾਂਟ ਅਫੋਰਡ